ਅੱਗੇ ਸੀਗੀ ਤੇ ਜਿਹੜੇ ਜਦੋਂ ਲੜਕਿਆਂ ਦੇ ਉੱਪਰ ਲਾਠੀਚਾਰਜ ਹੋਇਆ ਮੈਂ ਅੱਗੇ ਖੜੀ ਸੀਗੀ ਤੇ ਜਿਹੜਾ ਜੈਂਟ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਜਿਹੜੀ ਡਾਂਗ ਆ ਮੇਰੇ ਪੱਟ ਦੇ ਉੱਪਰ ਵੱਜੀ ਮੇਰੀ ਲੱਤ ਦੇ ਉੱਪਰ ਹਾਲੇ ਵੀ ਭਾਰ ਨਹੀਂ ਆ ਰਿਹਾ ਸਰ ਆ ਸਿੰਗਲਾ ਜਿਹੜਾ ਅੰਦਰ ਬੜੇ ਬੈਠੇ ਅਸੀਂ ਇਹਨੂੰ ਕਹਿਣਾ ਚਾਹੁੰਦੇ ਹਾਂ ਆਵਾਜ਼ ਦਿੰਦੇ ਹਾਂ ਕਿ ਬਾਹਰ ਨਿਕਲ ਕੇ ਮੀਟਿੰਗ ਕਰੇ ਜੇ ਇਹਦੇ 'ਚ ਹਿੰਮਤ ਹੈਗੀ ਹੈ ਅਸੀਂ ਰੁਜ਼ਗਾਰ ਮੰਗਣ ਆਏ ਅਸੀਂ ਭੀਖ ਨਹੀਂ ਮੰਗਣ ਆਏ ਉਰੇ ਸਾਡੇ ਪੈਰਾਂ ਤੇ ਦੇਖੋ ਕੀ ਹਾਲ ਕੀਤਾ ਪੈਰਾਂ ਦਾ ਇਹਨਾਂ ਨੇ ਜੈਂਟਸ ਪੁਲਿਸ ਨੇ ਨਹੀਂ ਜੀ ਬਿਲਕੁਲ ਕਿਸੇ ਕਿਸਮ ਦਾ ਕੋਈ ਲਾਠੀਚਾਰਜ ਨਹੀਂ ਕੀਤਾ ਸਾਡੀ ਲੇਡੀਜ਼ ਫੋਰਸ ਜਿਹੜੀ ਸੀ ਇੱਥੇ ਲੱਗੀ ਵੀ ਸੀ ਅਸੀਂ ਬਹੁਤ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਦਾ ਪੀਸਫੁਲੀ ਧਰਨਾ ਜਿਹੜਾ ਹੈਗਾ ਤੁਸੀਂ ਕਰ ਸਕਦੇ ਹੋ ਨਹੀਂ ਜੀ ਕਿਸੇ ਆਵਾਜ਼ ਬੱਚੇ ਨਾਲ ਕੋਈ ਗੱਲ ਨਹੀਂ ਹੋਈ ਔਰ ਕਿਸੇ ਤਰੀਕੇ ਦਾ ਕੋਈ ਵੀ ਪੁਲਿਸ ਨੇ ਇਹਨਾਂ ਨਾਲ ਕੋਈ ਵੀ ਧੱਕਾ ਨਹੀਂ ਕੀਤਾ ਸਿਰਫ ਇਹਨਾਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਸਰ ਅਸੀਂ ਆਪਣਾ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਕੀ ਆ ਤੁਹਾਨੂੰ ਪਤਾ ਹੀ ਅਸੀਂ ਇੱਕ ਮਹੀਨਾ ਪੂਰਾ ਉੱਥੇ ਬੈਠਿਆ ਨੂੰ ਸਾਨੂੰ ਟੈਂਕੀ ਦੇ ਉੱਪਰ ਸਾਡੇ ਸਾਥੀ ਬੈਠੇ ਹੋਏ ਅੱਜ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੇ ਇਹਨੇ ਪੁਲਿਸ ਵੱਲੋਂ ਸਾਡੇ ਤੇ ਲਾਠੀਚਾਰਜ ਕੀਤਾ ਗਿਆ ਮੈਂ ਅੱਗੇ ਸੀਗੀ ਤੇ ਜਿਹੜੇ ਜਦੋਂ ਲੜਕਿਆਂ ਦੇ ਉੱਪਰ ਲਾਠੀਚਾਰਜ ਹੋਇਆ ਮੈਂ ਅੱਗੇ ਖੜੀ ਸੀਗੀ ਤੇ ਜਿਹੜਾ ਜੈਂਟਸ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਜਿਹੜੀ ਡਾਂਗ ਆ ਮੇਰੇ ਪੱਟ ਦੇ ਉੱਪਰ ਵੱਜੀ ਮੇਰੀ ਲੱਤ ਦੇ ਉੱਪਰ ਹਾਲੇ ਵੀ ਭਾਰ ਨਹੀਂ ਆ ਰਿਹਾ ਸਰ ਅੱਜ ਇੰਨੇ ਦੁਖੀ ਹੋਏ ਪਏ ਆ ਮੈਂ ਚਾਹੁੰਦੀ ਸੀ ਕਿ ਜਿਹੜਾ ਬਾਹਰ ਆ ਕੇ ਸਾਡੇ ਨਾਲ ਗੱਲ ਕਰੇ ਨਹੀਂ ਤਾਂ ਜਾਲ ਦੇ ਕੇ ਜਾਵਾਂ ਯਾਰ ਜੀ ਸਾਰੇ ਇਹਨਾਂ ਦੇ ਪੇਰੈਂਟਸ ਵੀ ਨਹੀਂ ਹੈਗੇ ਨਾ ਇਹਨਾਂ ਦੀ ਮੰਮੀ ਹੈਗੇ ਨਾ ਪਾਪਾ ਇਹਨਾਂ ਨੂੰ ਪੁੱਛੇ ਕਰਦੇ ਕਿ ਮੰਮੀ ਦਾ ਕੀ ਕਰਦੇ ਨੇਗੇ ਇਹ ਵਿਚਾਰੇ ਆਪ ਦਿਹਾੜੀਆਂ ਜੋਟਾ ਕਰਕੇ ਇਹ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਅੱਜ ਇੱਥੇ ਬੈਠੇ ਨੇ ਕੀ ਕਰਨੇ ਨੇ ਜਿਹੜੇ ਇਹਨਾਂ ਦੇ ਪੈਰ ਪੁਰਾਣੇ ਛੋਟੇ ਨੇ ਇਹਨਾਂ ਦਾ ਕਿਵੇਂ ਉਹ ਕਰਨ ਖਾਣ ਪੀਣ ਸਾਰੇ ਇੱਥੇ ਬੈਠੇ ਨੇ ਵਿਚਾਰੇ ਕਿਵੇਂ ਗੁਜ਼ਾਰਾ ਕਰਨ ਆ ਮੇਰਾ ਦੇਖੋ ਜੈਂਟਸ ਪੁਲਿਸ ਨੇ ਮੇਰਾ ਹੱਥ ਫੜ ਕੇ ਪਹਿਲਾਂ ਮਰੋੜਿਆ ਫਿਰ ਪਤ ਖੂਨ ਕੱਟ ਨਿਕਲਿਆ ਪਤਾ ਨਹੀਂ ਕੀ ਲੱਗਿਆ ਤੇ ਸਾਡੇ ਪੈਰਾਂ ਤੇ ਦੇਖੋ ਕੀ ਹਾਲ ਕੀਤਾ ਪੈਰਾਂ ਦਾ ਇਹਨਾਂ ਨੇ ਜੈਂਟਸ ਪੁਲਿਸ ਨੇ ਇਹਨਾਂ ਦੇ ਕੋਲੇ ਲੇਡੀਜ਼ ਪੁਲਿਸ ਘੱਟ ਰਹੇਗੀ ਆ ਸਿੰਗਲਾ ਜਿਹੜਾ ਅੰਦਰ ਬੜਿਆ ਬੈਠਿਆ ਅਸੀਂ ਇਹਨੂੰ ਕਹਿਣਾ ਚਾਹੁੰਦੇ ਹਾਂ ਆਵਾਜ਼ ਦਿੰਦੇ ਹਾਂ ਕਿ ਬਾਹਰ ਨਿਕਲ ਕੇ ਮੀਟਿੰਗ ਕਰੇ ਜੇ ਇਹਦੇ 'ਚ ਹਿੰਮਤ ਹੈਗੀ ਹੈ ਅਸੀਂ ਰੁਜ਼ਗਾਰ ਮੰਗਣ ਆਏ ਅਸੀਂ ਭੀਖ ਨਹੀਂ ਮੰਗਣ ਆਏ ਉਰੇ ਅਸੀਂ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਲੱਖ ਮੀਟਿੰਗਾਂ ਕੀਤੀਆਂ ਇਹਨਾਂ ਨੇ ਬਹੁਤ ਮੀਟਿੰਗਾਂ ਕੀਤੀਆਂ ਪਰ ਸਾਡਾ ਕੋਈ ਭੁਗਤਾਨ ਨਹੀਂ ਕੀਤਾ ਗਾ ਅੱਜ ਮਜਬੂਰਨ ਸਾਨੂੰ ਇੱਥੇ ਆ ਕੇ ਲਾਠੀਆਂ ਸੈਣੀਆਂ ਪਈਆਂ ਜੋ ਮਰਜ਼ੀ ਕਰ ਸਾਡੇ ਲੰਗੜਿਆਂ ਲੂਲਿਆਂ ਤੇ ਲਾਠੀਆਂ ਚਲਾਉਂਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਈ ਇਹ ਪੁਲਿਸ ਪ੍ਰਸ਼ਾਸਨ ਇੰਨਾ ਘਟਿਆ ਹੋਏਗਾ ਅਸੀਂ ਸੋਚ ਵੀ ਨਹੀਂ ਸਕਦੇ ਸੀ ਸਾਡੇ ਲੰਗੜਿਆਂ ਲੂਲਿਆਂ ਤੇ ਲਾਠੀਆਂ ਵਰਸਾਈਆਂ ਸਾਨੂੰ ਸਾਡੇ ਹੱਕ ਚਾਹੀਦੇ ਨੇ ਅਸੀਂ ਅੱਜ ਇੱਥੋਂ ਉਦੋਂ ਤੱਕ ਨਹੀਂ ਹਿੱਲਾਂਗੇ ਜਦੋਂ ਤੱਕ ਸਾਡੇ ਹੱਥ ਸਾਡੇ ਜੁਆਇਨਿੰਗ ਲੈਟਰ ਨਹੀਂ ਫੜਾ ਕੇ ਜਾਣਗੇ ਉਦੋਂ ਤੱਕ ਚਾਹੇ ਸਾਡੀ ਲਾਠੀਆਂ ਵਰਾਉਣ ਸਾਡੀ ਜਾਨਾਂ ਕਿਉਂ ਨਾ ਲੈ ਲੈਣ ਪਰ ਅਸੀਂ ਉਦੋਂ ਤੱਕ ਹੁਣ ਨਹੀਂ ਹਿੱਲਾਂਗੇ ਅਸੀਂ ਇੱਥੇ ਹੀ ਬੈਠੇ ਰਹਾਂਗੇ ਮੇਰਾ ਨਾਮ ਰੀਤੂ ਬਾਲਾ ਜੀ ਅਸੀਂ ਇੱਥੇ ਰੋਸ ਰੈਲੀ ਕੱਢੀ ਸੀ ਔਰ ਸਿੰਗਲਾ ਸਾਹਿਬ ਦੀ ਕੋਠੀ 'ਤੇ ਅਸੀਂ ਕਰਾਓ ਕੀਤਾ ਸੀ ਜਦੋਂ ਅਸੀਂ ਕਰਾਓ ਕੀਤਾ ਤਾਂ ਪੁਲਿਸ ਨੇ ਸਾਡੇ ਨਾਲ ਗਲਤ ਵਤੀਰੇ ਨਾਲ ਪੇਸ਼ ਆਈ ਔਰ ਸਾਡੇ 'ਤੇ ਜਿਹੜਾ ਲਾਠੀਚਾਰਜ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਸਾਥੀਆਂ ਨੂੰ ਸਾਡੇ ਜਿਹੜੇ ਬਾਹਾਂ 'ਤੇ ਸੱਟ ਲੱਗ ਗਈਆਂ ਨੇ ਕਿਸੇ ਨੂੰ ਫੇਹ ਆਈਆਂ ਨੇ ਕਿਸੇ ਦੇ ਬਾਹਾਂ ਟੁੱਟ ਗਈਆਂ ਨੇ ਔਰ ਕਈ ਸਾਥੀਆਂ 'ਤੇ ਸਾਡੇ ਜਿਹੜੇ ਲੱਤਾਂ 'ਤੇ ਸੱਟਾਂ ਲੱਗੀਆਂ ਹੋਈਆਂ ਨੇ ਸਾਡੇ ਕੁੱਲ 8 ਤੋਂ 9 ਸਾਥੀ ਜਿਹੜੇ ਇੰਜਰਡ ਹੋਏ ਜੀ ਨਹੀਂ ਜੀ ਬਿਲਕੁਲ ਕਿਸੇ ਕਿਸਮ ਦਾ ਕੋਈ ਲਾਠੀਚਾਰਜ ਨਹੀਂ ਕੀਤਾ ਸਾਡੀ ਲੇਡੀਜ਼ ਫੋਰਸ ਜਿਹੜੀ ਸੀ ਇੱਥੇ ਲੱਗੀ ਵੀ ਸੀ ਅਸੀਂ ਬਹੁਤ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਦਾ ਪੀਸਫੁਲੀ ਧਰਨਾ ਜਿਹੜਾ ਹੈਗਾ ਤੁਸੀਂ ਕਰ ਸਕਦੇ ਹੋ ਉਹਦੇ ਬਾਵਜੂਦ ਵੀ ਸਾਡੀ ਲੇਡੀਜ਼ ਫੋਰਸ ਅੱਗੇ ਅਤੇ ਸਾਡੇ ਮੁਲਾਜ਼ਮਾਂ ਨਾਲ ਇਹਨਾਂ ਨੇ ਜਾਣ ਬੁੱਝ ਕੇ ਧੱਕਾ ਮੁੱਕੀ ਕੀਤੀ ਔਰ ਇਹ ਫੋਰਸ ਸੇਫਲੀ ਸਾਡਾ ਬੈਰੀਕੇਡਿੰਗ ਤੋੜ ਕੇ ਅੰਦਰ ਜਾ ਰਹੇ ਸੀ ਇਸੇ ਇਹਨਾਂ ਨੂੰ ਬਹੁਤ ਤਰੀਕੇ ਨਾਲ ਸਮਝਾਇਆ ਗਿਆ ਤੁਸੀਂ ਆਰਾਮ ਨਾਲ ਬੈਠ ਕੇ ਆਪਦਾ ਪੀਸਫੁਲੀ ਜੋ ਗੱਲ ਕਹਿਣੀ ਚਾਹੁੰਦੇ ਹੋ ਕਰੋ ਨਹੀਂ ਜੀ ਕਿਸੇ ਆਵਾਜ਼ ਬੱਚੇ ਨਾਲ ਕੋਈ ਗੱਲ ਨਹੀਂ ਹੋਈ ਔਰ ਕਿਸੇ ਤਰੀਕੇ ਦਾ ਕੋਈ ਵੀ ਪੁਲਿਸ ਨੇ ਇਹਨਾਂ ਨਾਲ ਕੋਈ ਵੀ ਧੱਕਾ ਨਹੀਂ ਕੀਤਾ ਸਿਰਫ ਇਹਨਾਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਹਾਂ ਉਹ ਜਿੱਥੋਂ ਤੱਕ ਹੁਕਮ ਹੈ ਡੀ ਸੀ ਸਾਹਿਬ ਦਾ ਬਾਣਯੋਗ ਦਾ ਉੱਥੋਂ ਰੋਕਿਆ ਸੀ ਕਿ ਉਹਨਾਂ ਦਾ ਪਰਸਨਲ ਇੱਥੇ ਘਰ ਹੈ ਉਹਦਾ ਘਰਾਓ ਨਾ ਕਰਨ ਔਰ ਜਾ ਕੇ ਜੋ ਆਪਦੀ ਗੱਲ ਇੱਥੇ ਕਹਿਣਾ ਚਾਹੁੰਦੇ ਨੇ ਕਹਿਣ ਔਰ ਅਸੀਂ ਸਰਕਾਰ ਦੇ ਨੁਮਾਇੰਦੇ ਵੱਲੋਂ ਡੀ ਸੀ ਸਾਹਿਬ ਨੂੰ ਬੇਨਤੀ ਕਰਕੇ ਕੋਈ ਅਫਸਰ ਇੱਥੇ ਬੁਲਾ ਕੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂ
फ्री सेवा फ्री समाधान। विदेश च बैठे क्यों हो परेशान, तंत्र मंत्र काली शक्ति अते काले इलम दे बेताज बादशाह सरदार तरमिंदर जीत सिंह जी। मेरा किता होया चलेगा सत समुंदर पार, कोई अजेहा ताला नहीं जो खुले ना, हर काम हुंदा है करण वाला चाहिदा, हर समस्या दा समाधान 100% गारंटी नाल। अष्टाम पेपर ते लिख के लवो स्पेशलिस्ट वशीकरण, करना जा तोड़वाना लव मैरिज, लॉटरी नंबर, पीआर प्रॉब्लम, सौतन जा दुश्मन तो छुटकारा, कर्जा मुक्ति, सास नू पति पत्नी विच अनबन, मन चाहा प्यार, बच्चे कहने तो बार, घर विच कलेश, तुहाडा कोई भैण भरा पति पत्नी प्रेमी प्रेमिका किसी दे वस विच है, उस नू बाहर कढ़न लई तुरंत संपर्क करो सरदार तरमिंदर जीत सिंह जी नाल 9878489026।